ਸਾਡੇ ਸਾਰੇ ਦਰਸ਼ਕਾਂ ਦਾ ਪਿਆਰ ਸਵਾਗਤ ਹੈ ਜੀ। ਜਿੱਥੇ ਮੈਂ ਤੁਹਾਡਾ ਆਪਣਾ ਰਿੰਕ ਰਿਪੋਰਟਰ ਥਾਨੇਵਾਲ, ਜੋ ਕਿ ਅਸੀਂ ਅੱਜ ਲੁਧਿਆਣਾ ਦੇ ਖੇਰਪੁਰ ਚੌਂਕ ਦੇ ਵਿੱਚ ਖੜੇ ਹਾਂ, ਜਿੱਥੇ ਕਿ ਤੁਸੀਂ ਮੇਰੇ ਪਿੱਛੇ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਜੋ ਬੱਸ ਵਿੱਚ ਲੇਬਰਾਂ ਜੋ ਭਰ ਕੇ ਆ ਰਹੀਆਂ ਨੇ, ਕਿ ਕਿਸੇ ਦੇ ਵੀ ਮੂੰਹ 'ਤੇ ਮਾਸਕ ਨਹੀਂ ਹੈ ਔਰ ਬੱਸ ਪੂਰੀ ਲੱਦੀ ਹੋਈ ਹੈ, ਜਿੱਥੇ ਪੁਲਿਸ ਪ੍ਰਸ਼ਾਸਨ ਵੀ ਖੜਾ ਵਾ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਜੋ ਦੇਖ ਕੇ ਭੱਜਿਆ ਆਇਆ ਵਾ, ਉੱਥੇ ਹੀ ਤੁਸੀਂ ਕੈਮਰਾਮੈਨ ਨੂੰ ਕਹੋਗੇ ਕਿ ਤਸਵੀਰਾਂ ਦਿਖਾਉਣ ਕਿ ਜੋ ਪ੍ਰਸ਼ਾਸਨ ਹੈ ਕਿ ਜੋ ਜਿਹੜੀਆਂ ਇਹ ਜੋ ਤਸਵੀਰਾਂ ਵਾ, ਜੋ ਉਹਨਾਂ ਦਾ ਜੋ ਲੋਕਡਾਊਨ ਜੋ ਮਾਸਕ 'ਤੇ ਜੋ ਬਣਦਾ ਵਾ ਉਹ ਕੱਟ ਰਹੇ ਨੇ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਕਿ ਬੱਸ ਪੂਰੀ ਤਰ੍ਹਾਂ ਲੱਦੀ ਹੋਈ ਆ ਔਰ ਜੋ ਸਾਰੇ ਜੋ ਸਵਾਰੀਆਂ ਨੇ ਪ੍ਰੋਪਰ ਤੌਰ 'ਤੇ ਉਤਰ ਰਹੀਆਂ ਨੇ, ਕਿਸ ਤਰ੍ਹਾਂ ਕਿ ਜਿਹੜਾ ਕਿ ਆਮ ਦੁਕਾਨਦਾਰਾਂ ਵਾਸਤੇ ਜੋ ਲੋਕਡਾਊਨ ਆ, ਪਰ ਇਹਨਾਂ ਵਾਸਤੇ ਕੀ ਲੁਧਿਆਣਾ ਸ਼ੇਰਪੁਰ ਚੌਂਕ ਵਿੱਚ ਰਾਤ ਦੇ ਕਰੀਬ 2 ਵਜੇ ਲੋਕਡਾਊਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਯੂਪੀ ਬਿਹਾਰ ਤੋਂ ਲੇਬਰ ਵਾਪਸ ਆ ਰਹੀ ਹੈ। ਮੀਡੀਆ ਨੂੰ ਦੇਖ ਕੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ, ਨਾ ਹੀ ਪੁਲਿਸ ਵੱਲੋਂ ਵੈਰੀਗੇਟ ਕੀਤਾ ਗਿਆ ਅਤੇ ਨਾ ਹੀ ਚੈਕਿੰਗ ਕੀਤੀ ਗਈ। ਕੋਈ ਮੈਡੀਕਲ ਚੈੱਕਅਪ ਨਹੀਂ ਹੋ ਰਹੀ, ਕੋਈ ਮਾਸਕ ਨਹੀਂ ਲਗਾਏ ਹੋਏ, ਆਪਸੀ ਦੂਰੀ ਦਾ ਕੋਈ ਧਿਆਨ ਨਹੀਂ ਕੀਤਾ ਜਾ ਰਿਹਾ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋ ਕੇ ਲੋਕਾਂ ਨੂੰ ਨਸੀਹਤਾਂ ਦੇ ਰਹੇ ਹਨ ਕਿ ਕਿਵੇਂ ਕੋਰੋਨਾ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਇਆ ਜਾ ਸਕਦਾ ਹੈ। ਇਹ ਵੀ ਕਹਿ ਰਹੇ ਹਨ ਕਿ ਸਰਕਾਰ ਦੇ ਇਸ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ, ਪਰ ਇਹਨਾਂ ਸਾਰੇ ਪੁਖਤਾ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੀ ਹੈ ਸਾਡੇ ਰਿਪੋਰਟਰ ਰਿੰਕੂ ਸਾਨੇਵਾਲ ਦੀ ਇਹ ਰਿਪੋਰਟ, ਜਿਸ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਬੱਸਾਂ ਭਰ ਭਰ ਪੰਜਾਬ 'ਚ ਰਾਤ ਦੇ ਹਨੇਰੇ 'ਚ ਆ ਰਹੀਆਂ ਹਨ ਅਤੇ ਜੋ ਪ੍ਰਵਾਸੀ ਸਾਡੇ ਪੰਜਾਬ ਨੂੰ ਦੁਰਕਾਰ ਕੇ ਗਏ ਸਨ, ਸਾਡੇ ਪੁਲਿਸ ਮੁਲਾਜ਼ਮਾਂ 'ਤੇ ਪਾਣੀ ਦੀਆਂ ਬੋਤਲਾਂ ਅਤੇ ਅਨਾਜ ਸੁੱਟ ਸੁੱਟ ਜਾ ਰਹੇ ਸਨ, ਉਹ ਵਾਪਸ ਆ ਰਹੇ ਹਨ ਬਿਨਾਂ ਕਿਸੇ ਮੈਡੀਕਲ ਚੈੱਕਅਪ ਦੇ, ਬਿਨਾਂ ਮਾਸਕਾਂ ਦੇ ਪੰਜਾਬ ਵੱਲ ਬਹੀਰਾਂ ਘੱਤ ਰਹੇ ਹਨ। ਇਸ ਗੱਲ 'ਤੇ ਸਾਨੂੰ ਇਤਰਾਜ਼ ਨਹੀਂ ਕਿ ਉਹ ਵਾਪਸ ਕਿਉਂ ਆ ਰਹੇ ਹਨ, ਪਰ ਸਰਕਾਰੀ ਤੰਤਰ ਸੁੱਤੇ ਹੋਣ ਦਾ ਬਹੁਤ ਦੁੱਖ ਹੈ। ਜੋ ਅਫਸਰ, ਜੋ ਪ੍ਰਸ਼ਾਸਨ ਰਾਜ ਦੇ ਮੁੱਖ ਮੰਤਰੀ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਕਰਦਾ, ਉਹ ਸਾਡੇ ਆਮ ਲੋਕਾਂ ਦੀ ਕੀ ਪਰਵਾਹ ਕਰਦਾ ਹੋਵੇਗਾ। ਕੀ ਇਹਨਾਂ ਸਾਰੀਆਂ ਘਟਨਾਵਾਂ ਦੇ ਜ਼ਿੰਮੇਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਪੁਲਿਸ ਕਮਿਸ਼ਨਰ ਅਤੇ ਸਰਕਾਰ ਕੋਈ ਕਾਰਵਾਈ ਕਰੇਗੀ, ਜਾਂ ਇਹ ਸੀਨੀਅਰ ਅਧਿਕਾਰੀ ਰਾਤ ਨੂੰ ਹੋ ਰਹੀ ਇਸ ਘੁਸਪੈਠ ਨੂੰ ਰੋਕਣ ਲਈ ਕੋਈ ਪੁਖਤਾ ਕਦਮ ਚੁੱਕਣਗੇ? ਇਹ ਤਾਂ ਵਕਤ ਹੀ ਦੱਸੇਗਾ, ਪਰ ਸਾਡੀ ਇਹ ਰਿਪੋਰਟ ਦੇਖ ਕੇ ਤੁਸੀਂ ਆਪਣੀਆਂ ਅੱਖਾਂ ਜ਼ਰੂਰ ਖੋਲ੍ਹ ਲਵੋ ਕਿ ਆਪਾਂ ਨੂੰ ਖੁਦ ਹੀ ਇਸ ਕੋਵਿਡ-19 ਤੋਂ ਬਚਣਾ ਹੈ। ਪ੍ਰਸ਼ਾਸਨ ਤਾਂ ਗਹਿਰੀ ਨੀਂਦਰੇ ਸੁੱਤਾ ਪਿਆ ਹੈ। ਆਓ ਦੇਖਦੇ ਹਾਂ ਸਾਡੇ ਲੁਧਿਆਣਾ ਦੇ ਰਿਪੋਰਟਰ ਰਿੰਕੂ ਸਾਨੇਵਾਲ ਦੀ ਇਹ ਵਿਸ਼ੇਸ਼ ਰਿਪੋਰਟ। ਫਸਟ ਵੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਆਪਣਾ ਰਿੰਕੂ ਰਿਪੋਰਟਰ ਸਾਨੇਵਾਲ, ਜੋ ਕਿ ਅੱਜ ਅਸੀਂ ਸ਼ੇਰਪੁਰ ਚੌਂਕ ਦੇ ਵਿੱਚ ਲੁਧਿਆਣਾ ਦੇ ਵਿੱਚ ਖੜੇ ਹਾਂ, ਜਿੱਥੇ ਕਿ ਤੁਸੀਂ ਤੱਕ ਦੇਖ ਰਹੇ ਹੋ ਕਿ ਜੋ ਯੂਪੀ ਬਿਹਾਰ ਤੋਂ ਜਿਹੜੀਆਂ ਕਿ ਬੱਸਾਂ ਭਰ ਭਰ ਕੇ ਆ ਰਹੀਆਂ ਨੇ, ਕਿ ਬੱਸ ਔਰ ਕੰਡਕਟਰ ਦੇ ਜੋ ਡਰਾਈਵਰ ਹੈ ਔਰ ਜੋ ਕੰਡਕਟਰ ਹੈ ਉਹਦੇ ਕਿਸੇ ਦੇ ਵੀ ਮਾਸਕ ਨਹੀਂ ਪਾਇਆ, ਜਿਹੜੀਆਂ ਸਵਾਰੀਆਂ ਨੇ ਉਹਨਾਂ ਦੇ ਵੀ ਕਿਸੇ ਦੇ ਵੀ ਮਾਸਕ ਨਹੀਂ ਪਾਇਆ ਵਾ, ਔਰ ਜਿਹੜੀਆਂ ਕਿ ਬੱਸਾਂ ਜਿਹੜੀਆਂ ਆ ਰਹੀਆਂ ਨੇ ਪੂਰੀਆਂ ਭਰ ਭਰ ਕੇ ਆ ਰਹੀਆਂ ਨੇ, ਪੂਰੀਆਂ ਲੱਦੀਆਂ ਹੋਈਆਂ ਆ ਰਹੀਆਂ ਨੇ, ਕੀ ਇਹਨਾਂ ਵਾਸਤੇ ਕੋਈ ਵੀ ਲੋਕਡਾਊਨ ਨਹੀਂ ਹੈ? ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਹਦਾਇਤਾਂ ਦੇ ਮੁਤਾਬਿਕ ਜਿਹੜਾ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਦਾ ਜਿਹੜਾ ਕਿ ਮੁਕੰਮਲ ਲੋਕਡਾਊਨ ਲੱਗਿਆ ਜਾਂਦਾ ਵਾ, ਜੋ ਆਮ ਦੁਕਾਨਦਾਰਾਂ ਜਿਹੜੀਆਂ ਮਾਰਕੀਟ ਹੁੰਦੀਆਂ ਨੇ ਕਿ ਉਹ ਜਲਦੀ ਹੀ ਬੰਦ ਕੀਤੀਆਂ ਜਾਂਦੀਆਂ ਨੇ, ਕਿ ਜੋ ਕਿ ਸ਼ਾਮ ਨੂੰ 6:30 ਵਜੇ ਤੋਂ ਬਾਅਦ ਜਿਹੜੀਆਂ ਕਿ ਤੁਸੀਂ ਆਪਣੀਆਂ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਉਸ ਹਦਾਇਤਾਂ ਦੇ ਮੁਤਾਬਿਕ, ਕਿ ਜਿਹੜੇ ਦੁਕਾਨਦਾਰ ਨੇ ਜਿਹੜੇ ਉਹ ਵਿਚਾਰੇ ਜਿਹੜੀਆਂ ਕਿ ਦੁਕਾਨਾਂ 6:30 ਵਜੇ ਤੋਂ ਆਪਣੀਆਂ ਬੰਦ ਕਰ ਲੈਂਦੇ ਨੇ, ਪਰ ਉੱਥੇ ਹੀ ਦੇਖਣ ਨੂੰ ਮਿਲ ਰਿਹਾ ਕਿ ਜਿੱਥੇ ਰਾਤ ਦੇ 1:15 ਹੋਏ ਨੇ, ਪਰ ਉੱਥੇ ਹੀ ਦੇਖਿਆ ਜਾ ਰਿਹਾ ਕਿ ਜਿਹੜੀਆਂ ਬੱਸਾਂ ਕਿ ਜਿਹੜੀਆਂ ਭਰ ਭਰ ਕੇ ਆ ਰਹੀਆਂ ਨੇ, ਜੋ ਕਿਸੇ ਵੀ ਸਵਾਰੀ ਦੇ ਮਾਸਕ ਨਹੀਂ ਹੈ, ਔਰ ਨਾ ਹੀ ਬੱਸ ਕੰਡਕਟਰ ਦੇ ਮਾਸਕ ਆ, ਨਾ ਹੀ ਡਰੈਕਟ ਕੰਡਕਟਰ ਦੇ ਮਾਸਕ ਲਾਇਆ ਹੋਇਆ ਵਾ। ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਜਿਹੜਾ ਵੀ ਪੁਲਿਸ ਪ੍ਰਸ਼ਾਸਨ ਹੈ ਕਿ ਇਸ ਦੇ ਨਾਲ ਜਿਹੜੀ ਗੱਲਬਾਤ ਕਰਦੇ ਹਾਂ ਕਿ ਕੀ ਇਹ ਕੀ ਕਾਰਵਾਈ ਹੋਣਾ ਜੀ। ਆਪਣਾ ਗਸਟ ਡਿਊਟੀ ਕਰ ਰਹੇ ਹਾਂ PCR ਤੋਂ, ਅਤੇ ਸਾਨੂੰ ਗਸਟ ਕਰਦਿਆਂ ਨੂੰ ਬੱਸ ਦਿੱਤੀ, ਜਿਹੜੀ ਬੱਸਾਂ ਆ ਰਹੀਆਂ ਸੀਗੀਆਂ ਜਿਹੜੇ ਇੱਥੇ ਰੁਕੀ ਸ਼ੇਰਪੁਰ ਚੌਂਕ ਡਾਂਬਾ ਕੱਟ 'ਤੇ, ਅਤੇ ਅਸੀਂ ਹੁਣ ਦੇਖਿਆ ਡਰਾਈਵਰ ਕੰਡਕਟਰ ਨੇ ਮਾਸਕ ਨਹੀਂ ਪਾਇਆ ਸੀਗਾ, ਮੌਕੇ 'ਤੇ ਸੀ ਉਹਨਾਂ ਦਾ ਚਲਾਨ ਇਹ ਦੁਬਾਰੇ ਨਹੀਂ, ਕਹਿੰਦੇ ਮੈਡੀਕਲ ਜਿਹੜਾ ਅਸੀਂ ਪੁੱਛਿਆ ਗਿਆ ਡਰਾਈਵਰ ਨੂੰ, ਉਹ ਕਹਿੰਦਾ ਸਾਡਾ ਰਾਜਪੁਰਾ ਜਿੱਥੇ ਨਾ ਸ਼ੰਭੂ ਬੈਰਲ ਹੈ ਉੱਥੋਂ ਸਾਡਾ ਚੈੱਕ ਹੋ ਕੇ ਆਉਂਦਾ ਜੀ, ਜਦੋਂ ਅਸੀਂ ਇੰਟਰ ਕਰਦੇ ਹਾਂ ਪੰਜਾਬ ਦੇ ਵਿੱਚ, ਅਤੇ ਉੱਥੋਂ ਕਹਿੰਦੇ ਸਾਡੇ ਚੈੱਕ ਹੋ ਕੇ ਆਉਂਦਾ, ਮੋਹਰ ਲੱਗ ਕੇ ਆਉਂਦੀ ਸਾਨੂੰ। ਸਰ ਜਦੋਂ ਆਪਣੀਆਂ ਇਹ ਬੱਸਾਂ ਭੇਜੀਆਂ ਗਈਆਂ ਸੀ, ਜਦੋਂ ਉਹਨਾਂ ਪੈਸੰਜਰਾਂ ਨੂੰ ਯੂਪੀ ਬਿਹਾਰ ਲਈ ਭੇਜਿਆ ਗਿਆ ਸੀ, ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਾਈਡਲਾਈਨ ਕੀਤੀ ਗਈ ਸੀ ਕਿ ਜਿੰਨੇ ਪੈਸੰਜਰ ਯੂਪੀ ਬਿਹਾਰ ਜਾਣਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਡੀਕਲ ਚੈੱਕਅਪ ਕੀਤਾ ਜਾਵੇ, ਉਸ ਤੋਂ ਬਾਅਦ ਭੇਜੇ ਜਾਣਗੇ। ਜਦੋਂ ਇਹ ਵਾਪਸ ਆ ਰਹੇ ਨੇ, ਇਹਨਾਂ ਦਾ ਜਿਹੜੇ ਮੈਡੀਕਲ ਸਲਿੱਪ ਇਹਨਾਂ ਕੋਲ ਆ ਰਹੀ ਹੈ ਪ੍ਰੋਪਰ ਤਰੀਕੇ ਨਾਲ, ਜਿੰਨੇ ਵੀ ਪੈਸੰਜਰ ਆ ਰਹੇ ਨੇ ਬੱਸ ਨੇ ਜਿਹੜੀਆਂ ਦੇਖਾਂ, ਪਰ 50 ਦੇ 50 ਹੀ ਪੈਸੰਜਰ ਉਤਰੇ ਜਿਨ੍ਹਾਂ ਦੇ ਉੱਪਰ ਕੋਈ ਮਾਸਕ ਨਹੀਂ ਹੈਗਾ, ਨਾ ਹੀ ਉਹਨਾਂ ਕੋਲ ਮੈਡੀਕਲ ਸਲਿੱਪ ਆ। ਜਿਹੜਾ ਚੈੱਕ ਕੀਤਾ ਗਿਆ ਤਾਂ ਵੀ ਉਹ ਡਰਾਈਵਰ ਕੰਡਕਟਰ ਨੇ ਨਹੀਂ ਪਾਇਆ ਸੀ ਮਾਸਕ,
ਅਤੇ ਉਹਨਾਂ ਦੇ ਮੌਕੇ ਚਲਾਨ ਕੀਤਾ ਗਿਆ। ਉਹੀ ਦੇਖਿਆ ਫਿਲਹਾਲ ਜੋ ਵੀ ਇਹਨਾਂ ਡਰਾਈਵਰ ਕਨੈਕਟ ਨੇ, ਅਤੇ ਬਾਕੀ ਅਫਸਰਾਂ ਦੇ ਨੌਲੇਜ ਵਿੱਚ ਜਿਹੜੀ ਇਹ ਗੱਲਬਾਤ ਹੈਗੀ ਹੈ ਧਿਆਨ ਵਿੱਚ ਲੈ ਜਾਏਗੀ ਸੀਨੀਅਰ ਅਫਸਰਾਂ ਦੇ। ਠੀਕ ਹੈ।